ਹਾਂਜੀ ਫਰੈਂਡਸ ਵੈਲਕਮ ਟੂ ਇਨਫੋ ਬੋਟ ਆਲ ਗਵਰਨਮੈਂਟ ਜੋਬਸ ਆਪ ਸਭ ਨੂੰ ਪਤਾ ਹੀ ਹੈ ਕਿ ਪਟਵਾਰੀ ਦੀਆਂ ਪੋਸਟਸ ਅਪਲਾਈ ਕਰਨ ਦੇ ਸਮੇਂ ਐਪਲੀਕੇਸ਼ਨ ਨੰਬਰ ਦੀ ਸਮੱਸਿਆ ਆ ਰਹੀ ਸੀ ਇਹ ਸਮੱਸਿਆ ਨੂੰ ਦੂਰ ਕਰਨ ਲਈ ਆਪਾਂ ਇੱਕ ਵੀਡੀਓ ਵੀ ਬਣਾਈ ਸੀਗੀ ਠੀਕ ਹੈ ਜਿਹੜੀ ਜਿਸ ਵੀਡੀਓ ਦੇ ਰਾਹੀਂ ਕਾਫੀ ਕੈਂਡੀਡੇਟਸ ਨੇ ਐਪਲੀਕੇਸ਼ਨ ਨੰਬਰ ਫਾਈਂਡ ਆਊਟ ਕਰਨ ਚ ਵੀ ਸਹਾਇਕ ਹੋ ਸਕੇ ਵੀਡੀਓ ਦਾ ਲਿੰਕ ਹੈ ਜਿਹੜਾ ਨੀਚੇ ਡਿਸਕ੍ਰਿਪਸ਼ਨ ਚ ਦੇ ਦੇਵਾਂਗੇ ਜਾਂ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਵੀਡੀਓ ਨੂੰ ਠੀਕ ਹੈ ਜੀ ਇਸ ਦੇ ਨਾਲ ਇੱਕ ਹੋਰ ਖੁਸ਼ਖਬਰੀ ਹੈ ਜਿਹੜੀ ਗੱਲ ਕਰਾਂਗੇ ਆਪਾਂ ਜਿਹੜੇ ਕੈਂਡੀਡੇਟਸ ਅੱਜ 11/2/2021 ਲਾਸਟ ਡੇਟ ਸੀ ਉਸ ਡੇਟ ਨੂੰ ਅਪਲਾਈ ਨਹੀਂ ਕਰ पाए ਕਈਆਂ ਨੂੰ ਇਹ ਕਨਫਿਊਜ਼ਨ ਸੀ ਕਿ ਸਰ ਵੀ 15/2/2021 ਲਾਸਟ ਡੇਟ ਹੈ ਪਰ ਨਹੀਂ ਉਹ ਫੀਸ ਭਰਨ ਦੀ ਲਾਸਟ ਡੇਟ ਸੀ 15/2/2021 ਤੇ ਇਹ ਵਾਲੀ ਡੇਟਸ ਹੈ ਜਿਹੜੀ ਅੱਜ ਅਸੀਂ 11/2/2021 ਲਾਸਟ ਡੇਟ ਸੀ ਹੁਣ ਆਪਾਂ ਗੱਲ ਕਰਦੇ ਆਂ ਵੀ ਇਹਨਾਂ ਨੇ ਜਿਹੜੀ ਡੇਟ ਐਕਸਟੈਂਡ ਕੀਤੀ ਐ ਵਧਾਈ ਐ ਉਹ ਕਿੰਨੀ ਵਧਾਈ ਐ ਫੀਸ ਭਰਨ ਦੀ ਡੇਟ ਦੋ ਗੱਲਾਂ ਜਰੂਰ ਯਾਦ ਰੱਖਿਓ ਕਨਫਿਊਜ਼ ਨਾ ਹੋਇਓ ਫਸਟ ਜਾਲੇ ਜਿਹੜੀ ਦੀ ਲਾਸਟ ਡੇਟ ਕਿੰਨੀ ਐ ਆਨਲਾਈਨ ਅਪਲਾਈ ਕਰਨ ਦੀ ਤੇ ਦੂਸਰੀ ਡੇਟ ਐ ਜਿਹੜੀ ਫੀਸ ਭਰਨ ਦੀ ਕਿੰਨੀ ਐ ਤੁਸੀਂ ਮਾਈਂਡ ਦੇ ਵਿੱਚ ਸਿਰਫ ਇਹੀ ਗੱਲ ਯਾਦ ਰੱਖਣੀ ਐ ਵੀ ਜਿਹੜੀ ਲਾਸਟ ਡੇਟ ਐ ਅਪਲਾਈ ਕਰਨ ਦੀ ਉਹ ਕਿੰਨੀ ਐ ਜੀ ਹੁਣ ਆਪਾਂ ਗੱਲ ਕਰ ਲੈਨੇ ਆ 1152 ਅਸਾਮੀਆਂ ਸੀਗੀਆਂ ਜੀ 14 ਜਨਵਰੀ ਤੋਂ 11 ਦੂ 2021 ਤੱਕ ਸ਼ਾਮ 5 ਵਜੇ ਤੱਕ ਇਹਨਾਂ ਨੇ ਅਰਜ਼ੀਆਂ ਦੀ ਮੰਗ ਕੀਤੀ ਸੀਗੀ 15 ਦੂ 2021 ਸੀਗੀ ਜਿਹੜੀ ਲਾਸਟ ਡੇਡ ਫੀਸ ਭਰਨ ਦੀ ਸੀ ਜੀ ਹੁਣ ਜਿਹੜੀ ਡੇਟ ਇਹਨਾਂ ਨੇ ਵਧਾਈ ਹੈ ਧਿਆਨ ਨਾਲ ਸੁਣ ਲੋ 18 ਦੂ 2021 ਸ਼ਾਮ 5 ਵਜੇ ਤੱਕ ਹੈ ਜੀ ਠੀਕ ਹੈ ਫੀਸ ਭਰਨ ਦੀ ਆਖਰੀ ਮਿਤੀ 22 ਦੂ 2021 ਹੈ ਪਰ ਤੁਸੀਂ ਕੀ ਯਾਦ ਰੱਖਣਾ ਹੈ ਸਿਰਫ ਆਨਲਾਈਨ ਅਪਲਾਈ ਡੇਟ ਯਾਦ ਰੱਖਣੀ ਹੈ 18 ਦੂ 2021 18/2/2021 ਤੱਕ ਆਪ ਸਭ ਨੇ ਜਿਹੜੀ ਐਪਲੀਕੇਸ਼ਨ ਫੀ ਹੈ ਉਹ ਪੇ ਕਰ ਦੇਣੀ ਹੈ ਜੀ 22/2/2021 ਯਾਦ ਨਹੀਂ ਰੱਖਣੀ ਠੀਕ ਹੈ ਜੀ ਕੋਈ ਦਿੱਕਤ ਆਵੇ ਸਮੱਸਿਆ ਆਵੇ ਇਸ ਲਈ ਆਪਦੀ ਜਿਹੜੀ ਫੀਸ ਹੈ ਸਭ ਤੋਂ ਪਹਿਲਾਂ ਅਪਲਾਈ ਕਰਕੇ ਆਪਣਾ ਕੰਮ ਨਿਬੇੜ ਕੇ ਫਰੀ ਹੋ ਜਾਓ ਜੀ ਬਸ ਇੰਨੀ ਹੀ ਆਪਣੀ ਵੀਡੀਓ ਹੈ ਇਹ ਵੀਡੀਓ ਹੈ ਜਿਹੜੀ ਸਾਰੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰ ਦਿਓ ਤੇ ਜਿਹੜੇ ਅਪਲਾਈ ਨਹੀਂ ਕਰ ਪਾਏ ਅੱਜ ਉਹਨਾਂ ਨੂੰ ਇਹ ਪਤਾ ਲੱਗ ਜੇ ਵੀ ਜਿਹੜੀ ਡੇਟ ਐਕਸਟੈਂਡ ਹੋ ਗਈ ਹੈ ਤੇ ਨਿਰਾਸ਼ ਨਾ ਹੋਣ ਕੈਂਡੀਡੇਟ ਜਿਹੜੇ ਅਪਲਾਈ ਕਰ ਸਕਣ ਇੱਕ ਆਪਾਂ ਤੁਹਾਨੂੰ ਇੱਕ ਜਾਣਕਾਰੀ ਹੋਰ ਦੇ ਦਈਏ ਵੀ ਜਿਹੜਾ ਟੈਲੀਗ੍ਰam ਚੈਨਲ ਆਪਣਾ ਹੈ ਨਾ ਡਿਸਕ੍ਰਿਪਸ਼ਨ ਚ ਨੀਚੇ ਲਿੰਕ ਹੈ ਉਹ ਟੈਲੀਗ੍ਰam ਚੈਨਲ ਦੇ ਉੱਪਰ ਆਪਾਂ ਕੀ ਕਰ ਰਹੇ ਆ ਵੀ ਰੋਜ਼ ਇੱਕ ਨਾ ਦੋ ਕੁਐਸਚਨ ਪਾ ਰਹੇ ਆ ਕੰਪਿਊਟਰ ਦੇ ਉਹ ਰਿਵੀਜ਼ਨ ਦੇ ਲਈ ਨੇਗੇ ਵੀ ਜਿਹੜੇ ਕੈਂਡੀਡੇਟਸ ਕੰਪਿਊਟਰ ਦੀ ਤਿਆਰੀ ਕਰ ਰਹੇ ਨੇਗੇ ਮੰਨ ਲਓ ਉਹ ਕੈਂਡੀਡੇਟਸ ਆ ਜਿਹੜੇ ਉਹ ਰਿਵੀਜ਼ਨ ਉਥੋਂ ਕਰ ਸਕਦੇ ਆ ਟੈਲੀਗ੍ਰam ਚੈਨਲ ਦੇ ਉੱਪਰ VOTING ਰਾਹੀ ਆਪਾਂ ਜਿਹੜੇ ਕੁਐਸਚਨਸ ਨੇ ਪਾ ਰਹੇ ਆ ਉਹ ਕੁਐਸਚਨ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਹੋਰ WhatsApp ਗਰੁੱਪ ਵੀ ਦੇ ਜਿਹੜੇ ਲਿੰਕ ਨੇ نیچے ਡਿਸਕ੍ਰਿਪਸ਼ਨ ਚ ਦਿੱਤੇ ਆ ਉਥੋਂ ਤੁਸੀਂ WhatsApp ਗਰੁੱਪ ਵੀ ਜੁਆਇਨ ਕਰ ਸਕਦੇ ਹੋ ਨਾਲੇ ਫੇਸਬੁੱਕ ਪੇਜ ਦਾ ਲਿੰਕ ਦਿੱਤਾ ਹੈ ਇਹ ਸਾਰੀਆਂ ਚੀਜ਼ਾਂ ਤਾਂ ਕਰਦੇ ਆ ਜੀ ਹਰ ਇੱਕ ਜਗ੍ਹਾ ਤੋਂ ਜਿਹੜੀ ਤੁਹਾਨੂੰ ਜਿਹੜੀ ਜਾਣਕਾਰੀ ਹੈ ਉਹ ਮਿਲ ਸਕੇ ਨਾਲ ਹੀ ਟੈਕਨੀਕਲ ਜਦੋਂ ਤੁਸੀਂ ਆਪਣੇ ਚੈਨਲ ਨੂੰ ਵਿਜ਼ਿਟ ਕਰੋਗੇ ਵਿਜ਼ਿਟ ਕਰੋਗੇ ਉੱਥੇ ਇੱਕ ਟੈਗ ਗੁਰੂ ਨਾ ਦਾ ਚੈਨਲ ਤੁਹਾਨੂੰ ਦਿਖਾਈ ਦੇਗਾ ਕੋਈ ਵੀ ਜਦੋਂ ਸਮੱਸਿਆ ਆਉਂਦੀ ਹੈ ਆਪਾਂ ਉਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਇੱਕ ਟੈਗ ਗੁਰੂ ਨਾ ਦਾ ਚੈਨਲ ਬਣਾਇਆ ਹੋਇਆ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਜਿਵੇਂ ਹੁਣ ਜਿਆਦਾ ਵੀਡੀਓ ਲੰਬੀ ਨਹੀਂ ਕਰਦੇ ਜੀ ਬਸ ਸਮਾਪਤੀ ਕਰਦੇ ਆਂ بس ਤੁਸੀਂ ਚੈੱਕ ਕਰ ਲਿਓ ਜੋ ਵੀ ਵੀਡੀਓਜ਼ ਨੇਗੀਆਂ ਆਪਣੀਆਂ ਜ ਟੈਗ ਗੁਰੂ ਆ ਸਬਸਕ੍ਰਾਈਬ ਕਰ ਲਿਓ ਹੋਰ ਜਾਣਕਾਰੀ ਹੈ ਜਿਹੜੀ ਉਹਦੇ ਨਾਲ ਜਲਦ ਹੀ ਹਾਜ਼ਰ ਹੋਵਾਂਗੇ ਜੀ ਵੀਡੀਓ ਨੂੰ ਫਟਾਫਟ ਸ਼ੇਅਰ ਕਰ ਦਿਓ ਸਾਰਿਆਂ ਚ ਮਿਲਦੇ ਆਂ ਹੋਰ ਵਧੀਆ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਬੀ ਸੇਫ ਸਟੇ ਕਨੈਕਟਿਡ ਜੀ ਬਾਏ ਬਾਏ